ਜਿਹੜਾ ਅੱਜ ਦਾ ਲੈਕਚਰ ਹੈ ਸਾਡਾ ਲਾਈਨ ਐਂਡ ਫੇਜ਼ ਕੁਆਂਟੀਟੀਆਂ ਇਨ ਕੇਸ ਆਫ ਡੈਲਟਾ ਐਂਡ ਸਟਾਰ ਲੋਡ ਥਰੀ ਫੇਜ਼ ਸਿਸਟਮ ਦੇ ਵਿੱਚ ਦੋ ਤਰ੍ਹਾਂ ਦੇ ਲੋਡ ਹੁੰਦੇ ਇੱਕ ਸਟਾਰ ਲੋਡ ਹੁੰਦਾ ਹੈ ਕਿ ਇੱਕ ਕੀ ਹੁੰਦਾ ਡੈਲਟਾ ਲੋਡ ਤੇ ਡੈਲਟਾ ਲੋਡ ਦੇ ਵਿੱਚ ਕੀ ਹੈ ਹੁਣ ਇਹ ਡੈਲਟਾ ਲੋਡ ਹੈ ਤੁਹਾਡਾ ਜਿਹਦੇ ਵਿੱਚ ਤਿੰਨ ਵਾਇਰਸ ਹੈਗੀਆਂ ਇੱਕ ਰੈੱਡ ਹੈ ਇੱਕ yellow ਹੈ ਇੱਕ blue ਹੈ ਆ ਤੁਹਾਡੀ ਇਮਪੀਡੈਂਸ ਹੈ ਫੇਜ਼ ਇਮਪੀਡੈਂਸ ZPH ਹਰੇਕ ਫੇਜ ਦੇ ਵਿੱਚ ਲੱਗੀ ਹੋਈ ਹੈ ਫੇਜ ਇੰਪੀਡੈਂਸ ਸਾਰਿਆਂ ਨੂੰ ਪਹਿਲਾਂ ਇਹਦੇ ਚ ਇੱਕ ਪਹਿਲੀ ਕੁਆਂਟੀਟੀ ਆ ਜਾਂਦੀ ਹੈ ਲਾਈਨ ਕਰੰਟ ਵਾਟ ਇਜ਼ ਦਾ ਲਾਈਨ ਕਰੰਟ ਕਰੰਟ ਫਲੋਇੰਗ ਥਰੂ ਈਚ ਲਾਈਨ ਇਜ਼ ਕਾਲਡ ਲਾਈਨ ਕਰੰਟ ਹਰੇਕ ਲਾਈਨ ਦੇ ਵਿੱਚੋਂ ਜੋ ਕਰੰਟ ਫਲੋ ਕਰ ਰਿਹਾ ਹੈ ਦੈਟ ਇਜ਼ ਕਾਲਡ ਲਾਈਨ ਕਰੰਟ ਜਿਵੇਂ ਰੈੱਡ ਵਾਇਰ ਹੈ ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਆਈ ਆਰ ਠੀਕ ਹੈ ਤੇ yellow wire ਦੇ ਵਿੱਚ current flow ਕਰ ਰਿਹਾ ਹੈ IY ਤੇ blue ਜਾਂ black wire ਹੈ ਇਹਦੇ ਚੋਂ ਜਿਹੜਾ current flow ਕਰ ਰਿਹਾ ਹੈ IB ਤਾਂ ਇਹ ਜਿਹੜਾ IR IV ਤੇ IB ਨੂੰ ਕੀ ਅਸੀਂ ਕਹਿੰਦੇ ਆ ਲਾਈਨ ਕਰੰਟ ਸੋ IR IY IB ਇਹਨੂੰ ਕੀ ਕਹਿੰਦੇ ਆ ਅਸੀਂ ਲਾਈਨ ਕਰੰਟ IL ਲਾਈਨ ਕਰੰਟ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਕਰੰਟ ਫਲੋਇੰਗ ਥਰੂ ਈਚ ਲਾਈਨ ਤਿੰਨ ਲਾਈਨਾਂ ਸਾਡੇ ਕੋਲ ਹੈ ਰੈੱਡ ਯੈਲੋ ਤੇ ਬਲੂ ਹਰੇਕ ਲਾਈਨ ਦੇ ਵਿੱਚ ਜੋ ਕਰੰਟ ਫਲੋ ਕਰ ਰਿਹਾ ਹੈ ਦੈਟ ਇਜ਼ ਕਾਲਡ ਲਾਈਨ ਕਰੰਟ ਦੂਸਰੀ ਕੁਆਂਟੀਟੀ ਆ ਜਾਂਦੀ ਹੈ ਇਹਦੇ ਚ ਲਾਈਨ ਵੋਲਟੇਜ ਦਾ ਵੋਲਟੇਜ ਬਿਟਵੀਨ ਐਨੀ ਟੂ ਲਾਈਨਸ ਵੋਲਟੇਜ ਕੀ ਹੈ ਬਿਟਵੀਨ ਟੂ ਪੁਆਇੰਟਸ ਹੁੰਦੀ ਹੈ ਹਮੇਸ਼ਾ ਵੋਲਟੇਜ ਬਿਟਵੀਨ ਐਨੀ ਟੂ ਲਾਈਨਸ ਇਜ਼ ਕਾਲਡ ਲਾਈਨ ਵੋਲਟੇਜ ਤਾਂ ਐਸ ਤੇ ਐਸ ਲਾਈਨ ਦੇ ਵਿੱਚ ਜਿਹੜੀ ਵੋਲਟੇਜ ਹੋਏਗੀ ਦੈਟ ਇਜ਼ ਕਾਲਡ ਵੀ ਆਰ ਵਾਈ ਠੀਕ ਹੈ ਜਿਹੜੀ ਇਹਦੇ ਤੇ ਇਹਦੇ ਵਿੱਚ ਵੋਲਟੇਜ ਹੋਏਗੀ ਦੈਟ ਇਜ਼ ਵੀ ਵੀ ਆਰ ਵਾਈ ਪਹਿਲੀ ਤੇ ਦੂਜੀ ਲਾਈਨ ਦੇ ਵਿੱਚ ਜਿਹੜੀ ਵੋਲਟੇਜ ਹੈ ਦੈਟ ਇਜ਼ ਕਾਲਡ ਵੀ ਆਰ ਵਾਈ ਦੂਜੀ ਤੇ ਤੀਜੀ ਲਾਈਨ ਦੇ ਵਿੱਚ ਜਿਹੜੀ ਵੋਲਟੇਜ ਹੈ ਦੈਟ ਇਜ਼ ਵੀ ਵਾਈ ਬੀ ਵੀ y b ਤੇ ਜਿਹੜੀ ਪਹਿਲੀ ਤੇ ਤੀਜੀ ਦੇ ਵਿੱਚ ਵੋਲਟੇਜ ਹੈ ਆ ਜਿਹੜੀ ਵੋਲਟੇਜ ਹੈ ਬਿਟਵੀਨ ਦਾ ਲਾਈਨਸ ਇਹ ਹੈਗੇ ਤੁਹਾਡੀ b b r ਵੋਲਟੇਜ ਬਿਟਵੀਨ ਐਨੀ ਟੂ ਲਾਈਨਸ ਇਜ਼ ਕਾਲਡ ਲਾਈਨ ਵੋਲਟੇਜ ਸੋ vr y vr y is equal to vyv is equal to bbr that is called line voltage line voltage is to baad agli current aa jandi hai quantity sade kole phase current te phase voltage eh impedance de na related hunda hai phase current te phase voltage eh impedance de na related hundiyan quantities ਫੇਜ਼ ਕਰੰਟ ਦੇ ਵਿੱਚ ਕੀ ਹੁੰਦਾ ਕਰੰਟ ਫਲੋਇੰਗ ਥਰੂ ਦਾ ਇਮਪੀਡੈਂਸ ਇਜ਼ ਕਾਲਡ ਫੇਜ਼ ਕਰੰਟ ਐਸ ਇਮਪੀਡੈਂਸ ਦੇ ਵਿੱਚ ਜੋ ਕਰੰਟ ਫਲੋ ਕਰ ਰਿਹਾ ਠੀਕ ਹੈ ਇਹ ਹੋ ਗਿਆ ਤੁਹਾਡਾ ਆਈ ਆਰ ਬੀ ਰੈੱਡ ਤੋਂ ਕਿਤੇ ਪਰ ਲਿ ਜਾ ਰਿਹਾ ਬਲੈਕ ਵੱਲ ਫਿਰ ਇਧਰ ਨੂੰ ਜਾ ਰਿਹਾ ਇਹਦੇ ਚ ਜਿਹੜਾ ਕਰੰਟ ਫਲੋ ਕਰ ਰਿਹਾ ਹੈ ਇਸ ਇੰਪੀਡੈਂਸ ਚੋਂ ਆਈ ਬੀ ਆਰ ਇਹ ਇਸ ਇੰਪੀਡੈਂਸ ਚ ਜਿਹੜਾ ਕਰੰਟ ਫਲੋ ਕਰ ਰਿਹਾ ਹੈ ਆਈ ਬੀ ਆਰ ਠੀਕ ਹੈ ਆਈ ਬੀ ਆਰ ਇਹ ਹੋ ਗਿਆ ਤੁਹਾਡਾ ਆਈ ਆਈ ਆਰ ਵਾਈ ਸੌਰੀ ਆਈ ਆਰ ਵਾਈ ਥਿਸ ਇਸ ਦਾ ਜੈਲੋ ਜੈਲੋ ਆਈ ਆਰ ਵਾਈ ਸੋ ਆਈ ਆਰ ਵਾਈ IBR IYB sorry IYB is IBR is called phase current IPH yes nu ke kehnde asi phase current theek hai is to baad aa gaya voltage across this that is called phase voltage voltage across the impedance that is called phase voltage that is v r y ede across jehdi voltage hovegi v r y te is to baad sade dusre de ede across hovegi v y b ਇਹਦੀ ਕ੍ਰੋਸ ਜਿਹੜੀ ਵੋਲਟੇਜ ਹੋਏਗੀ ਤੁਹਾਡੀ ਇਹਦੀ ਕ੍ਰੋਸ ਦੈਟ ਇਜ਼ ਬੀ ਬੀ ਆਰ ਜਿਹੜੀ ਇਸ ਵੋਲਟੇਜ ਆ ਵੋਲਟੇਜ ਅਕ੍ਰੋਸ ਦਾ ਇੰਪੀਡੈਂਸ ਦੈਟ ਇਜ਼ ਕਾਲਡ ਫੇਜ਼ ਵੋਲਟੇਜ ਵੋਲਟੇਜ ਅਕ੍ਰੋਸ A ਫੇਜ਼ ਇੰਪੀਡੈਂਸ ਇਜ਼ ਕਾਲਡ ਫੇਜ਼ ਵੋਲਟੇਜ ਸੋ ਵੀ ਆਰ Y VYB is equal to bbr is equal to bph phase voltage iske baad agle agli term aa jande balance load the delta load is said to be balanced load if magnitude of phase impedance is same jekar eh sariyan impedance da magnitude ki hai same hai ta is load nu ki kamange asi balanced load ਸੋ so, ZPH is equal to ZPH ਹਰੇਕ ਫੇਜ਼ ਦੇ ਵਿੱਚ ਜਿਹੜੀ ਇੰਪੀਡੈਂਸ ਹੈ ਜੇਕਰ ਸੇਮ ਹੈ ਤਾਂ ਇਸ ਜਿਹੜੀਆਂ ਕੁਆਂਟੀਟੀਆਂ ਆ ਗਈਆਂ ਸਾਡੀਆਂ ਲਾਈਨ ਕੁਆਂਟੀਟੀ ਤੇ ਫੇਜ਼ ਕੁਆਂਟੀਟੀ ਇਨ ਕੇਸ ਆਫ ਡੈਲਟਾ ਲੋਡ ਸਾਡੇ ਕੋਲੇ ਪਹਿਲਾ ਆ ਗਿਆ ਲਾਈਨ ਕਰੰਟ ਕਰੰਟ ਫਲੋਇੰਗ ਥਰੂ ਈਚ ਲਾਈਨ ਫਿਰ ਲਾਈਨ ਵੋਲਟੇਜ ਵੋਲਟੇਜ ਬਿਟਵੀਨ ਐਨੀ ਟੂ ਲਾਈਨਸ ਦੈਟ ਇਜ਼ ਕਾਲਡ ਲਾਈਨ ਵੋਲਟੇਜ ਕਰੰਟ ਫਲੋਇੰਗ ਥਰੂ ਦਾ ਇੰਪੀਡੈਂਸ ਇਜ਼ ਕਾਲਡ ਫੇਜ਼ ਕਰੰਟ the voltage across the impedance jehdi voltage across impedance that is called phase impedance jehdi phase quantities hai impedance den are related hai giyan jehdi line quantities hai between lines den are related hai giyan ta assi next topic hai ga sade assi line quantity te phase quantity de vich assi ke in case of star load te in case of delta load ode vich ki hai assi relation find out karna hai ਅ नेक्स्ट ਲੈਕਚਰ ਦੇ ਵਿੱਚ ਅਸੀਂ ਫਾਈਂਡ ਆਊਟ ਕਰਾਂਗੇ ਥੈਂਕ ਯੂ ਥੈਂਕ ਯੂ ਵੈਰੀ